सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज ऐप दैनिक सवेरा टाइम्स। नकोदर च सोशल मीडिया ते कोरोना नूं लै के झूठियां अफवाहां फैलाउण वालियां उपर पुलिस ने सख्त कार्रवाई की है। इस संबंधी जानकारी दिंदिया नकोदर दे SHO अमन सैनी ने दस्सिया कि जो शरारती अंसर इस औखी घड़ी च वी लोकां नूं गुमराह करके अजिहियां अफवाहां फैला रहे ने उन्हां खिलाफ सख्त कार्रवाई की जाएगी ते नाल ही उन्हां लोकां नूं अपील की है कि वह इस तरह दीआं झूठियां पोस्टां ते ध्यान ना देण। हां जी, और जो सोशल मीडिया ते कोरोना महामारी नूं लै के फेक न्यूज़ या फेक पोस्ट की गई वो की मामला वा जी? ਜਿੱਦਾਂ ਕਿ ਸਾਨੂੰ ਪਤਾ ਲੱਗਾ ਕਿ ਕਿਸੇ ਵੱਲੋਂ ਫੇਸਬੁੱਕ ਦੇ ਉੱਤੇ ਇੱਕ ਪੋਸਟ ਅਪਲੋਡ ਕੀਤੀ ਗਈ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਨਕੋਦਰ ਹਲਕੇ ਦੇ ਜੋ 3 ਮਰੀਜ਼ ਆ ਉਹ ਪੋਜ਼ਿਟਿਵ ਆਏ ਨੇ ਜੋ ਕਿ ਨਾਂਦੇੜ ਸਾਹਿਬ ਤੋਂ ਹਜ਼ੂਰ ਸਾਹਿਬ ਤੋਂ ਆਏ ਨੇ ਅਤੇ ਜਦੋਂ ਇਹ ਉਹਦੇ ਵਿੱਚ ਇਹ ਵੀ ਸੀਗਾ ਕਿ ਇੱਕ ਮੁੱਦਾ ਦਾ ਹੈ ਇੱਕ ਪੰਡੋਰੀ ਦਾ ਅਤੇ ਇੱਕ ਮੇਰੂ ਦੇ 3 ਲੋਕ ਪੋਜ਼ਿਟਿਵ ਆਏ ਨੇ ਜਦੋਂ ਅਸੀਂ ਉਸ ਪੋਸਟ ਨੂੰ ਫੋਲੋਅਪ ਕੀਤਾ ਗਿਆ ਮੇਰੇ ਵੱਲੋਂ ਪਹਿਲੇ ਤਾਂ ਮੇਰੇ ਵੱਲੋਂ SMO ਸਾਹਿਬ ਨਾਲ ਟਾਈ ਅਪ ਕੀਤਾ ਗਿਆ ਕਿ ਇੱਦਾਂ ਦੇ ਕੋਈ ਕੇਸ ਆਏ ਨੇ ਉਹਨਾਂ ਵੱਲੋਂ ਦੱਸਿਆ ਕਿ ਇੱਦਾਂ ਦੀ ਤਾਂ ਕੋਈ ਨੌਲੇਜ ਗੱਲ ਨਹੀਂ ਹੈਗੀ ਹੈ ਅਤੇ ਮੈਂ ਆਪਣੇ ਸੀਨੀਅਰ ਅਫਸਰਾਂ ਨਾਲ ਅਤੇ ਪੈਨਿਕ ਕ੍ਰੀਏਟ ਹੋਇਆ ਸੀਗਾ ਪਬਲਿਕ 'ਚ ਘਬਰਾਹਟ ਹੋ ਗਈ ਸੀਗੀ ਅਤੇ ਫਿਰ ਉਹਦੇ ਖਿਲਾਫ ਜੋ ਬੰਦੀ ਧਾਰਾ ਤਹਿਤ ਉਹਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ। ਕਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚ ਉਹਨੇ ਇੱਕ ਫੇਕ ਮੈਸੇਜ ਪਾ ਕੇ ਬ੍ਰੀਚ ਆਫ ਸਿਕਿਉਰਿਟੀ ਬ੍ਰੀਚ ਕੀਤਾ ਇਹਦਾ ਜੋ ਇਹ ਪਬਲਿਕ ਦੀ ਸ਼ਾਂਤੀ ਔਰ ਭੰਗ ਕੀਤਾ ਹੈ ਅਤੇ ਪੈਨਿਕ ਜਿਹਾ ਕ੍ਰੀਏਟ ਕੀਤਾ ਹੈ ਉਹਦੇ ਖਿਲਾਫ ਇੱਕ ਕੇਸ ਰਜਿਸਟਰ ਕੀਤਾ ਗਿਆ 44 ਨੰਬਰ FIR। ਹੁਣ ਸਰ ਗ੍ਰਿਫਤਾਰ ਕਰ ਲਿਆ? ਬਿਲਕੁਲ ਜੀ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਉਸੀ ਟਾਈਮ ਤੋਂ ਉਹਨੂੰ ਅਰੈਸਟ ਕਰ ਲਿਆ ਗਿਆ। ਅਰੈਸਟ ਕਰਕੇ ਜ਼ਮਾਨਤ 'ਤੇ? ਹਾਂਜੀ ਹਾਂਜੀ, ਉਹ ਬੇਲੇਬਲ ਓਫੈਂਸ ਸੀ, ਉਹਨੂੰ ਬੇਲ ਲੈ ਕੇ ਉਹਨੂੰ ਅਤੇ ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਜਿੱਦਾਂ ਕਿ ਸ਼ਹਿਰ ਦੇ ਵਾਸੀ ਸਾਰੇ ਲੋਕ ਮੇਰੇ ਤੋਂ ਪੁੱਛਣ ਲੱਗ ਪਏ ਕਿ ਵੀ ਇਹ ਕਿਆ ਨਿਊਜ਼ ਹੈ, ਕਿਆ ਨਿਊਜ਼ ਸੱਚੀ ਹੈ। ਅਤੇ ਆਫਟਰ ਜਦੋਂ ਮੈਂ ਇਹਨੂੰ ਫਿਰ ਫੋਲੋਅਪ ਕੀਤਾ ਗਿਆ ਅਤੇ ਮੈਂ ਇਹ ਪੋਸਟ ਨੂੰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਾ ਇਹ ਪੋਸਟ ਰਮਨ ਲਾਖਾ ਹੈਗਾ, ਕੋਈ ਪੁੱਤਰ ਧਰਮਪਾਲ ਜੋ ਇੱਥੇ ਦੇ ਰਹਿਣ ਵਾਲੇ ਨਕੋਦਰ ਦਾ ਉਹਦੇ ਵੱਲੋਂ ਪੋਸਟ ਕੀਤੀ ਗਈ ਹੈ। ਅਤੇ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਨੂੰ ਬੁਲਾਇਆ ਗਿਆ, ਉਹਨੂੰ ਮੈਂ ਫੜਿਆ ਅਤੇ ਉਹਨੂੰ ਫੜ ਕੇ ਅਤੇ ਫਿਰ ਇਹ ਪਤਾ ਕੀਤਾ ਗਿਆ ਅਤੇ ਪਤਾ ਲੱਗਾ ਕਿ ਫੇਕ ਨਿਊਜ਼ ਉਹਨੇ। ਨਕੋਦਰ ਤੋਂ ਅਨਿਲ ਕੁਮਾਰ ਏਰੀ ਦੀ ਰਿਪੋਰਟ, ਦੈਨਿਕ ਸਵੇਰਾ TV।